मैं 2 दिन तो जम्मू गया सी। रात असी देर रात आए, मैं तो सुता सी। हूँ जो मैं उठा, मैं अपना फोन आप चालू कर, नाल ही फोन फान आए, नाल ही पता लग गया भी दरबार साहब के जो लास्ट हुए हैं वो इस अमरीक सिंह का हत्या। मैंने हमने पता लगा इस गल का। ਕੀ ਵੇਖਦੇ ਤੁਸੀਂ ਘਟਨਾ ਨੂੰ ਕਿੱਦਾਂ ਵੇਖਦੇ ਹੋ, ਤੁਹਾਨੂੰ ਕੀ ਨਹੀਂ, ਲੱਗਦਾ? ਮੈਂ ਘਟਨਾ ਜਿਹੜੀ ਹੈ ਤੇ ਹੁਣ ਬਹੁਤ ਦੁਖਦਾਈ ਘਟਨਾ ਹੈ। ਜੇ ਕੋਈ ਹੋਰ ਕਰੇ ਤੇ ਫਿਰ ਅਸੀਂ ਕਰੀਏ ਜੀ। ਹੁਣ ਕਿ ਜੇ ਆਪਣੇ ਹੀ ਇਸ ਗੱਲ ਨੂੰ ਤੁਰ ਪੈਣਾ ਆਪਣੇ ਗੁਰੂ ਘਰਾਂ ਦੇ ਲੱਗੇ, ਫਿਰ ਤੇ ਇਹਨੂੰ ਸ਼ਰਮਨਾਕ ਘਟਨਾ ਤੇ ਹੋ ਨਹੀਂ ਸਕਦਾ। ਪਿਛੋਕੜ ਕੀ ਅਮਰੀਕ ਦਾ? ਪਿਛੋਕੜ ਪਹਿਲਾਂ ਤੇ ਵਧੀਆ ਸੀਗਾ, ਇਹਨੂੰ ਮੈਂ ਹੀ ਅੰਮ੍ਰਿਤ ਛਕਾਇਆ ਸੀ, ਇਹਨੂੰ ਇਸ ਲਾਈਨ ਤੇ ਲਾਇਆ ਸੀ, ਪਰ ਇਹ ਮੁੜ ਕੇ ਪੁੱਠੇ ਕੰਮਾਂ 'ਚ ਪੈ ਗਿਆ। ਇਹ ਨਸ਼ਾ ਕਰਨ ਲੱਗ ਪਿਆ, ਅੰਮ੍ਰਿਤ ਭੰਗ ਕਰ ਲਿਆ। ਫਿਰ ਇੱਕ ਇੱਥੇ ਸਾਡੇ ਇਲਾਕੇ 'ਚੋਂ ਨਾ 10-15 ਮੋਟਰਸਾਈਕਲ ਚੋਰੀ ਹੋਏ ਸੀ, ਉਹਦੇ ਵਿੱਚ ਵੀ ਇਹ ਲੁੜੀਂਦਾ ਸੀਗਾ। ਤੇ ਮੇਰੇ ਨਾਲ ਮੈਸੇਜ ਵੀ ਕਰਦਾ ਸੀ, ਮੇਰੇ ਨਾਲ ਦੀ ਗੱਲਬਾਤ ਵੀ ਹੁੰਦੀ ਸੀ। ਮੈਂ ਚਾਹੁੰਦਾ ਸੀ ਕਿ ਤਾਂ ਇਹ ਆਵੇ ਤੈਨੂੰ ਪੇਸ਼ ਕਰਾ ਦੇ, ਜੋ ਵੀ ਹੈ ਉਹਦਾ ਕਈ ਕਿਸ ਦਰਜੇ ਤੇ ਕੇਸ ਸ਼ਾਇਦ ਪਹਿਲਾਂ 2 ਪਹਿਲਾਂ ਦਰਜ ਨੇ। ਤੁਸੀਂ ਕੀ ਚਾਹੁੰਦੇ, ਕਿੱਦਾਂ ਸਜ਼ਾ ਮਿਲ ਜਾਏਗੀ ਬਾਬਾ ਜੀ? ਮੈਨੂੰ ਨਹੀਂ, ਹੁਣ ਜਿਹੜਾ ਆਹ ਕੰਮ ਕੀਤਾ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ। ਜੇ ਮੈਂ ਵੀ ਹੁੰਦਾ ਤੇ ਮੈਨੂੰ ਵੀ ਸਜ਼ਾ ਹੋਣੀ ਚਾਹੀਦੀ। ਪੁਲਿਸ ਨੇ ਦੱਸਿਆ ਕੁਝ ਵੀ ਕਿੰਨੇ ਚਿਰ ਤੋਂ ਗੈਪ ਸੀਗਾ ਪਿੰਡ ਦੇ ਵਿੱਚ ਉਹਦੇ ਘਰ ਨਹੀਂ ਜਾਂ? ਮੇਰੀ ਅਜੇ ਗੱਲ ਨਹੀਂ ਹੋਈ ਗੈਪ ਤੇ, ਇਹ ਮੇਰੇ ਫਰਵਰੀ ਮਹੀਨੇ ਤੋਂ ਸੀਗਾ ਤੇ ਮੇਰੇ ਨਾਲ ਇਹਦੀ WhatsApp ਤੇ ਚੈਟ ਹੋਈ ਸੀ। ਮੈਂ ਚਾਹੁੰਦਾ ਸੀ ਵੀ ਪਿੰਡ ਆਵੇ ਤੇ ਉਹਨੂੰ ਪੇਸ਼ ਕਰਾ ਕੇ ਦੇ, ਇਹਦਾ ਜਿਹੜਾ ਉਹ ਮਸਲਾ ਸੀ ਅਸੀਂ ਤਾਂ ਉਹਨੂੰ ਨਿਬੇੜਨਾ ਚਾਹੁੰਦੇ ਵੀ ਚੋਰੀ ਵਾਲੇ ਮਸਲੇ 'ਚੋਂ। ਇਹਨੂੰ ਕਿਹਾ ਸੀ ਬੰਦੇ ਦਾ ਪੁੱਤ ਬਣ ਜਾਏ, ਅਜੇ ਕੰਮ ਨਹੀਂ ਕਰੀਦੇ, ਤੇ ਇਹ ਆਇਆ ਨਹੀਂ ਉਦੋਂ ਦਾ। ਕੰਮ ਬਾਬਾ ਜੀ ਕੰਮ ਕੰਮ ਗੁਜਰਾਤ ਵਿੱਚ ਸੀਗਾ, ਮੈਨੂੰ ਕਹਿੰਦਾ ਸੀ ਮੈਂ ਕਿਸੇ ਫੈਕਟਰੀ 'ਚ ਲੱਗਾ ਸ਼ਾਇਦ, ਜਾਂ ਉੱਥੇ ਕੋਈ ਡਰਾਈਵਰੀ ਕਰਦਾ। ਜਿਹੜੇ ਬਾਕੀ ਮਾਮਲੇ ਸੀ ਉਹ ਵੀ ਇੱਦਾਂ ਚੋਰੀ ਚਾਰੀ ਦੇ ਜਾਂ ਕਿੱਦਾਂ ਦੇ? ਚੋਰੀ ਦੇ ਸੀ, ਇੱਕ ਸਾਡੇ ਪਿੰਡੋਂ ਸੀ ਮੁੰਡਾ, ਸਾਡੇ ਪਿੰਡ ਦਾ ਭਣਵਾ ਸੀ ਉਹਦਾ, ਇਹਨੇ ਪਰਸੋਂ ਖਾਇਆ ਸੀ। ਉਹਦੇ ਵਿੱਚ ਜੱਗੂਵਾਲ ਦਾ ਮੁੰਡਾ ਸੀਗਾ, ਇੱਕ ਇਹ ਸੀ ਤੇ ਇੱਕ ਸ਼ਾਇਦ ਹੋਰ ਮੋਪਰ ਦਾ ਸੀਗਾ, 3 ਮੁੰਡੇ ਸੀਗੇ। ਪਤਾ ਲੱਗਾ ਜੀ ਕਦੋਂ ਵਿਆਹ ਕਰਾਇਆ? ਮੈਂ ਹੀ ਪਰਚਾ ਕਰਾਇਆ ਸੀਗਾ, ਉਹ ਕਰਾਇਆ ਸੀ ਪਰਚਾ। ਵਿਆਹ ਕਦੋਂ ਆਇਆ, ਕਿੱਥੇ ਆ ਗਿਆ ਪਤਾ ਕੁਛ? ਵਿਆਹ ਇਹਨੇ ਲਵ ਮੈਰਿਜ ਕਰਾਈ ਹੈ, ਕੋਈ 8-10 ਮਹੀਨੇ ਪਹਿਲਾਂ ਇਹਨੇ ਕਰਾਈ ਹੈ। ਮਰਜ਼ੀ ਨੇ ਵਿਆਹ ਕਰਾਇਆ ਹੈ, ਘਰਦਿਆਂ ਦੀ ਮਰਜ਼ੀ ਤੋਂ ਬਾਹਰ ਸੀ, ਘਰਦਿਆਂ ਨੇ ਨਹੀਂ ਮੰਨਿਆ। ਕਿਹੜੇ ਨਸ਼ੇ ਇਸਤੇਮਾਲ ਕਰਦਾ? ਨਸ਼ਾ ਚਿੱਟਾ ਪੀਂਦਾ ਜੀ, ਗੋਲੀਆਂ ਖਾਂਦਾ ਸੀ। ਮੈਂ 2 ਦਿਨ ਤੋਂ ਜੰਮੂ ਗਿਆ ਸੀ, ਰਾਤ ਅਸੀਂ ਦੇਰ ਰਾਤ ਆਏ, ਮੈਂ ਤੇ ਸੁੱਤਾ ਸੀ। ਤੇ ਹੁਣ ਜਦੋਂ ਮੈਂ ਉੱਠਿਆ, ਮੈਂ ਆਪਣਾ ਫੋਨ ਨਾਲ ਚਾਲੂ ਕਰ, ਨਾਲ ਹੀ ਫੋਨ ਫਾਨ ਆਏ, ਨਾਲ ਹੀ ਪਤਾ ਲੱਗ ਗਿਆ ਵੀ ਦਰਬਾਰ ਸਾਹਿਬ ਦੇ ਵਿੱਚ ਜੋ ਲਾਸਟ ਹੋਏ ਨੇ ਉਹਦੇ ਵਿੱਚ ਇਸ ਅਮਰੀਕ ਸਿੰਘ ਦਾ ਹੱਤਿਆ। ਤੇ ਮੈਨੂੰ ਹੁਣੇ ਪਤਾ ਲੱਗਾ ਇਸ ਗੱਲ ਦਾ। ਕੀ ਵੇਖਦੇ ਤੁਸੀਂ ਘਟਨਾ ਨੂੰ, ਕਿੱਦਾਂ ਵੇਖਦੇ ਹੋ, ਤੁਹਾਨੂੰ ਕੀ ਨਹੀਂ, ਲੱਗਦਾ? ਮੈਂ ਘਟਨਾ ਜਿਹੜੀ ਹੈ ਤੇ ਹੁਣ ਬਹੁਤ ਦੁਖਦਾਈ ਘਟਨਾ ਹੈ। ਜੇ ਕੋਈ ਹੋਰ ਕਰੇ ਤੇ ਫਿਰ ਅਸੀਂ ਕਰੀਏ ਜੀ। ਹੁਣ ਕਿ ਜੇ ਆਪਣੇ ਹੀ ਇਸ ਗੱਲ ਨੂੰ ਤੁਰ ਪੈਣਾ ਆਪਣੇ ਗੁਰੂ ਘਰਾਂ ਦੇ ਲੱਗੇ, ਫਿਰ ਤੇ ਇਹਨੂੰ ਸ਼ਰਮਨਾਕ ਘਟਨਾ ਤੇ ਹੋ ਨਹੀਂ ਸਕਦਾ। ਪਿਛੋਕੜ ਕੀ ਅਮਰੀਕ ਦਾ? ਪਿਛੋਕੜ ਪਹਿਲਾਂ ਤੇ ਵਧੀਆ ਸੀਗਾ, ਇਹਨੂੰ ਮੈਂ ਹੀ ਅੰਮ੍ਰਿਤ ਛਕਾਇਆ ਸੀ, ਇਹਨੂੰ ਇਸ ਲਾਈਨ ਤੇ ਲਾਇਆ ਸੀ, ਪਰ ਇਹ ਮੁੜ ਕੇ ਪੁੱਠੇ ਕੰਮਾਂ 'ਚ ਪੈ ਗਿਆ। ਇਹ ਨਸ਼ਾ ਕਰਨ ਲੱਗ ਪਿਆ, ਅੰਮ੍ਰਿਤ ਭੰਗ ਕਰ ਲਿਆ। ਫਿਰ ਇੱਕ ਇੱਥੇ ਸਾਡੇ ਇਲਾਕੇ 'ਚੋਂ ਨਾ 10-15 ਮੋਟਰਸਾਈਕਲ ਚੋਰੀ ਹੋਏ ਸੀ, ਉਹਦੇ ਵਿੱਚ ਵੀ ਇਹ ਲੁੜੀਂਦਾ ਸੀਗਾ। ਤੇ ਮੇਰੇ ਨਾਲ ਮੈਸੇਜ ਵੀ ਕਰਦਾ ਸੀ, ਮੇਰੇ ਨਾਲ ਦੀ ਗੱਲਬਾਤ ਵੀ ਹੁੰਦੀ ਸੀ। ਮੈਂ ਚਾਹੁੰਦਾ ਸੀ ਕਿ ਤਾਂ ਇਹ ਆਵੇ ਤੈਨੂੰ ਪੇਸ਼ ਕਰਾ ਦੇ, ਜੋ ਵੀ ਹੈ ਉਹਦਾ ਕਈ ਕਿਸ ਦਰਜੇ ਤੇ ਕੇਸ ਸ਼ਾਇਦ ਪਹਿਲਾਂ 2 ਪਹਿਲਾਂ ਦਰਜ ਨੇ। ਤੁਸੀਂ ਕੀ ਚਾਹੁੰਦੇ, ਕਿੱਦਾਂ ਸਜ਼ਾ ਮਿਲ ਜਾਏਗੀ ਬਾਬਾ ਜੀ? ਮੈਨੂੰ ਨਹੀਂ, ਹੁਣ ਜਿਹੜਾ ਆਹ ਕੰਮ ਕੀਤਾ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ। ਜੇ ਮੈਂ ਵੀ ਹੁੰਦਾ ਤੇ ਮੈਨੂੰ ਵੀ ਸਜ਼ਾ ਹੋਣੀ ਚਾਹੀਦੀ। ਪੁਲਿਸ ਨੇ ਦੱਸਿਆ ਕੁਝ ਵੀ ਕਿੰਨੇ ਚਿਰ ਤੋਂ ਗੈਪ ਸੀਗਾ ਪਿੰਡ ਦੇ ਵਿੱਚ ਉਹਦੇ ਘਰ ਨਹੀਂ ਜਾਂ? ਮੇਰੀ ਅਜੇ ਗੱਲ ਨਹੀਂ ਹੋਈ ਗੈਪ ਤੇ, ਇਹ ਮੇਰੇ ਫਰਵਰੀ ਮਹੀਨੇ ਤੋਂ ਸੀਗਾ ਤੇ ਮੇਰੇ ਨਾਲ ਇਹਦੀ WhatsApp ਤੇ ਚੈਟ ਹੋਈ ਸੀ। ਮੈਂ ਚਾਹੁੰਦਾ ਸੀ ਵੀ ਪਿੰਡ ਆਵੇ ਤੇ ਉਹਨੂੰ ਪੇਸ਼ ਕਰਾ ਕੇ ਦੇ, ਇਹਦਾ ਜਿਹੜਾ ਉਹ ਮਸਲਾ ਸੀ ਅਸੀਂ ਤਾਂ ਉਹਨੂੰ ਨਿਬੇੜਨਾ ਚਾਹੁੰਦੇ ਵੀ ਚੋਰੀ ਵਾਲੇ ਮਸਲੇ 'ਚੋਂ। ਇਹਨੂੰ ਕਿਹਾ ਸੀ ਬੰਦੇ ਦਾ ਪੁੱਤ ਬਣ ਜਾਏ, ਅਜੇ ਕੰਮ ਨਹੀਂ ਕਰੀਦੇ, ਤੇ ਇਹ ਆਇਆ ਨਹੀਂ ਉਦੋਂ ਦਾ। ਕੰਮ ਬਾਬਾ ਜੀ ਕੰਮ ਗੁਜਰਾਤ ਵਿੱਚ ਸੀਗਾ, ਮੈਨੂੰ ਕਹਿੰਦਾ ਸੀ ਮੈਂ ਕਿਸੇ ਫੈਕਟਰੀ 'ਚ ਲੱਗਾ ਸ਼ਾਇਦ, ਜਾਂ ਉੱਥੇ ਕੋਈ ਡਰਾਈਵਰੀ ਕਰਦਾ। ਜਿਹੜੇ ਬਾਕੀ ਮਾਮਲੇ ਸੀ ਉਹ ਵੀ ਇੱਦਾਂ ਚੋਰੀ ਚਾਰੀ ਦੇ ਜਾਂ ਕਿੱਦਾਂ ਦੇ? ਚੋਰੀ ਦੇ ਸੀ, ਇੱਕ ਸਾਡੇ ਪਿੰਡੋਂ ਸੀ ਮੁੰਡਾ, ਸਾਡੇ ਪਿੰਡ ਦਾ ਭਣਵਾ ਸੀ ਉਹਦਾ, ਇਹਨੇ ਪਰਸੋਂ ਖਾਇਆ ਸੀ। ਉਹਦੇ ਵਿੱਚ ਜੱਗੂਵਾਲ ਦਾ ਮੁੰਡਾ ਸੀਗਾ, ਇੱਕ ਇਹ ਸੀ ਤੇ ਇੱਕ ਸ਼ਾਇਦ ਹੋਰ ਮੋਪਰ ਦਾ ਸੀਗਾ, 3 ਮੁੰਡੇ ਸੀਗੇ। ਪਤਾ ਲੱਗਾ ਜੀ ਕਦੋਂ ਵਿਆਹ ਕਰਾਇਆ? ਮੈਂ ਹੀ ਪਰਚਾ ਕਰਾਇਆ ਸੀਗਾ, ਉਹ ਕਰਾਇਆ ਸੀ ਪਰਚਾ। ਵਿਆਹ ਕਦੋਂ ਆਇਆ, ਕਿੱਥੇ ਆ ਗਿਆ ਪਤਾ ਕੁਛ? ਵਿਆਹ ਇਹਨੇ ਲਵ ਮੈਰਿਜ ਕਰਾਈ ਹੈ, ਕੋਈ 8-10 ਮਹੀਨੇ ਪਹਿਲਾਂ ਇਹਨੇ ਕਰਾਈ ਹੈ। ਮਰਜ਼ੀ ਨੇ ਵਿਆਹ ਕਰਾਇਆ ਹੈ, ਘਰਦਿਆਂ ਦੀ ਮਰਜ਼ੀ ਤੋਂ ਬਾਹਰ ਸੀ, ਘਰਦਿਆਂ ਨੇ ਨਹੀਂ ਮੰਨਿਆ। ਕਿਹੜੇ ਨਸ਼ੇ ਇਸਤੇਮਾਲ ਕਰਦਾ? ਨਸ਼ਾ ਚਿੱਟਾ ਪੀਂਦਾ ਜੀ, ਗੋਲੀਆਂ ਖਾਂਦਾ ਸੀ।